ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਨਾ, ਅੱਜ ਦੇ ਸਮੇਂ ਦੇ ਵਿੱਚ ਇਹ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਨੇ ਅਤੇ ਸਮਝਣੀਆਂ ਵੀ ਬਹੁਤ ਜ਼ਰੂਰੀ ਨੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਬੱਚੇ ਆਪਣੇ ਮਾਂ ਬਾਪ ਦੀ ਬਿਲਕੁਲ ਇੱਜ਼ਤ ਨਹੀਂ ਕਰਦੇ। ਅੱਜ ਦੇ ਸਮੇਂ ਦਾ ਇਹ ਕੌੜਾ ਸੱਚ ਹੈ ਜਿਹਨੂੰ ਆਪਾਂ ਅਣਦੇਖਿਆ ਨਹੀਂ ਕਰ ਸਕਦੇ। ਜ਼ਿਆਦਾਤਰ ਬੱਚੇ ਆਪਣੇ ਮਾਂ ਬਾਪ ਨੂੰ ਬੁਢਾਪੇ ਦੇ ਵਿੱਚ ਇੱਜ਼ਤ ਨਹੀਂ ਦਿੰਦੇ, ਉਹਨਾਂ ਦੇ ਪ੍ਰਤੀ ਉਹਨਾਂ ਦੇ ਕੀ ਫਰਜ਼ ਨੇ ਉਹਨਾਂ ਨੂੰ ਨਹੀਂ ਸਮਝਦੇ। ਆਪਣੇ ਮਾਂ ਬਾਪ ਦੀ ਸੇਵਾ ਤਾਂ ਕੀ ਕਰਨੀ ਉਹਨਾਂ ਨੇ, ਉਹ ਆਪਣੇ ਮਾਂ ਬਾਪ ਦੇ ਨਾਲ ਚੰਗਾ ਵਿਹਾਰ ਵੀ ਨਹੀਂ ਕਰਦੇ। ਆਪਾਂ ਸਭ ਬੱਚਿਆਂ ਦੀ ਗੱਲ ਨਹੀਂ ਕਰ ਰਹੇ, ਸਭ ਔਲਾਦਾਂ ਦੀ ਗੱਲ ਨਹੀਂ ਕਰਦੇ, ਪਰ ਅੱਜ ਦੇ ਸਮੇਂ ਦੇ ਵਿੱਚ ਕੁਝ ਔਲਾਦਾਂ ਇੱਦਾਂ ਦੀਆਂ ਨੇ ਜੋ ਆਪਣੇ ਮਾਂ ਬਾਪ ਨੂੰ ਬੁਢਾਪੇ ਦੇ ਵਿੱਚ ਬੋਝ ਸਮਝਦੇ ਨੇ ਅਤੇ ਉਹਨਾਂ ਤੋਂ ਖਹਿੜਾ ਛਡਵਾਉਣਾ ਚਾਹੁੰਦੇ ਨੇ। ਬਹੁਤ ਸਾਰੇ ਬੱਚੇ ਇੱਦਾਂ ਦੇ ਨੇ ਜੋ ਇੱਕੋ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਮਾਂ ਬਾਪ ਨੂੰ ਬੁਲਾਉਂਦੇ ਤੱਕ ਨਹੀਂ, ਜੇ ਬੁਲਾਉਂਦੇ ਆ ਤਾਂ ਸਿੱਧੇ ਮੂੰਹ ਨਹੀਂ ਬੁਲਾਉਂਦੇ। ਉਹਨਾਂ ਦੇ ਮਾਂ ਬਾਪ ਉਹਨਾਂ ਦੇ ਇੱਕ ਬੋਲ ਨੂੰ ਤਰਸ ਜਾਂਦੇ ਆ ਵੀ ਸਾਡਾ ਬੱਚਾ ਸਾਡੇ ਕੋਲ ਬੈਠੇ, ਸਾਡੀ ਗੱਲਬਾਤ ਸੁਣੇ, ਆਪਣੀ ਸਾਨੂੰ ਸੁਣਾਵੇ। ਪਰ ਬੱਚਿਆਂ ਦੇ ਕੋਲ ਇੰਨਾ ਟਾਈਮ ਹੀ ਨਹੀਂ ਹੈ। ਪਰ ਇੱਦਾਂ ਕਿਉਂ ਹੋ ਰਿਹਾ ਹੈ? ਕਿਉਂ ਕੁਝ ਬੱਚੇ ਆਪਣੇ ਮਾਂ ਬਾਪ ਦੇ ਬੁਢਾਪੇ ਵਿੱਚ ਉਹਨਾਂ ਦਾ ਖਿਆਲ ਨਹੀਂ ਰੱਖਦੇ, ਉਹਨਾਂ ਦੇ ਦੁੱਖ ਦਰਦ ਨੂੰ ਨਹੀਂ ਸਮਝਦੇ? ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਤਾਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਕੋਈ ਵੀ ਕੰਮ ਬਜ਼ੁਰਗਾਂ ਦੀ ਸਲਾਹ, ਬਜ਼ੁਰਗਾਂ ਦੇ ਆਸ਼ੀਰਵਾਦ ਤੋਂ ਬਿਨਾਂ ਆਰੰਭਿਆ ਹੀ ਨਹੀਂ ਸੀ ਜਾ ਸਕਦਾ। ਪਰ ਅੱਜ ਦਾ ਸਮਾਂ ਹੈ ਨਾ ਜੋ, ਇਹਦੇ ਵਿੱਚ ਬੱਚੇ ਕੰਮ ਕਰਨ ਤੋਂ ਬਾਅਦ ਵੀ ਆਪਣੇ ਮਾਪਿਆਂ ਨੂੰ, ਆਪਣੇ ਬਜ਼ੁਰਗਾਂ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੇ। ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣੇ ਫੈਸਲੇ ਆਪ ਕਰ ਸਕਦੇ ਹਾਂ, ਇਸ ਕਰਕੇ ਸਾਨੂੰ ਦੂਜਿਆਂ ਦੀ ਦਖਲ ਅੰਦਾਜ਼ੀ ਨਹੀਂ ਚਾਹੀਦੀ। ਉਹ ਬਜ਼ੁਰਗਾਂ ਦੀ ਸਲਾਹ ਨੂੰ ਬਜ਼ੁਰਗਾਂ ਦੀ ਦਖਲ ਅੰਦਾਜ਼ੀ ਮੰਨਦੇ ਨੇ। ਇਸੇ ਕਰਕੇ ਦਿਨੋਂ ਦਿਨ ਆਪਣੇ ਬਜ਼ੁਰਗਾਂ ਤੋਂ, ਆਪਣੇ ਮਾਪਿਆਂ ਤੋਂ ਉਹ ਦੂਰੀ ਬਣਾ ਰਹੇ ਨੇ। ਉਹਨਾਂ ਨੂੰ ਆਪਣੇ ਮਾਪਿਆਂ ਦਾ ਦੁੱਖ ਨਹੀਂ ਦਿਸਦਾ। ਸਿਆਣੇ ਕਹਿੰਦੇ ਵੀ ਜਦੋਂ ਕੋਈ ਮਨੁੱਖ ਬਹੁਤਾ ਬਿਰਧ ਹੋ ਜਾਂਦਾ ਹੈ, ਬਹੁਤੀ ਹੀ ਬਿਰਧ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਜਦੋਂ ਉਹ ਆਪਣੇ ਕੰਮ ਖੁਦ ਨਹੀਂ ਕਰ ਸਕਦਾ, ਆਪਣੇ ਹਰ ਕੰਮ ਦੇ ਲਈ ਦੂਜਿਆਂ ਦਾ ਮੁਹਤਾਜ ਹੋ ਜਾਂਦਾ ਹੈ, ਤਾਂ ਇਹ ਅਵਸਥਾ ਹੀ ਆਪਣੇ ਆਪ ਦੇ ਵਿੱਚ ਬਹੁਤ ਦੁੱਖਦਾਈ ਹੁੰਦੀ ਆ। ਪਰ ਜਦੋਂ ਉੱਪਰੋਂ ਬੱਚੇ ਵੀ ਆਪਣੇ ਬਜ਼ੁਰਗਾਂ ਦਾ ਸਾਥ ਨਹੀਂ ਦਿੰਦੇ, ਖਾਸ ਕਰਕੇ ਢਿੱਡੋਂ ਜੰਮੇ ਧੀ ਪੁੱਤ ਜਦੋਂ ਮੂੰਹ ਫੇਰ ਲੈਂਦੇ ਆ ਨਾ, ਉਹ ਫਿਰ ਮਾਪਿਆਂ ਦੇ ਦਿਲ ਨੂੰ ਪੁੱਛਿਆ ਹੀ ਜਾਣਦਾ ਹੈ ਕਿ ਉਹਨਾਂ ਦੇ ਉੱਤੇ ਕੀ ਬੀਤਦੀ ਆ। ਜਿਨ੍ਹਾਂ ਦੇ ਬੱਚੇ ਬੁਢਾਪੇ ਦੇ ਵਿੱਚ ਉਹਨਾਂ ਤੋਂ ਮੂੰਹ ਫੇਰ ਲੈਂਦੇ ਨੇ, ਉਹਨਾਂ ਦੀ ਜ਼ਿੰਦਗੀ ਹੀ ਨਰਕ ਬਣ ਜਾਂਦੀ ਆ। ਇੱਦਾਂ ਦਾ ਦੁੱਖ ਕਿਸੇ ਮਾਂ ਬਾਪ ਨੂੰ ਨਾ ਦੇਖਣਾ ਪਵੇ, ਕਿਸੇ ਮਾਂ ਬਾਪ ਦਾ ਬੱਚਾ ਉਹਨਾਂ ਦਾ ਅਪਮਾਨ ਨਾ ਕਰੇ, ਉਹਨਾਂ ਤੋਂ ਮੂੰਹ ਨਾ ਫੇਰੇ। ਇਸ ਦੇ ਲਈ ਕੁਝ ਬਜ਼ੁਰਗ ਇਹ ਸਲਾਹ ਦਿੰਦੇ ਨੇ, ਕੁਝ ਗੱਲਾਂ ਸਮਝਾਉਂਦੇ ਨੇ, ਕਹਿੰਦੇ ਆਪਣੇ ਬੱਚਿਆਂ ਨੂੰ ਜਿੰਨਾ ਮਰਜ਼ੀ ਲਾਡ ਲੜਾਓ, ਉਹਨਾਂ ਦੀਆਂ ਜਿੰਨੀਆਂ ਮਰਜ਼ੀ ਰੀਝਾਂ ਪੂਰੀਆਂ ਕਰੋ, ਪਰ ਨਾਲ ਨਾਲ ਇਹ ਕੁਝ ਗੱਲਾਂ ਆਪਣੇ ਬੱਚੇ ਨੂੰ ਜ਼ਰੂਰ ਸਮਝਾਓ। ਇਹ ਗੱਲਾਂ ਬੱਚੇ ਦੇ ਵੀ ਕੰਮ ਆਉਣਗੀਆਂ ਅਤੇ ਬੁਢਾਪੇ ਦੇ ਵਿੱਚ ਤੁਹਾਡੇ ਖੁਦ ਦੇ ਵੀ ਕੰਮ ਆਉਣਗੀਆਂ। ਬੁਢਾਪੇ ਦੇ ਵਿੱਚ ਤੁਹਾਡਾ ਬੱਚਾ ਤੁਹਾਡੀ ਸੇਵਾ ਕਰੇਗਾ, ਤੁਹਾਡੇ ਤੋਂ ਮੂੰਹ ਨਹੀਂ ਫੇਰੇਗਾ, ਬੁਢਾਪੇ ਦੇ ਵਿੱਚ ਤੁਹਾਨੂੰ ਦੁੱਖ ਨਹੀਂ ਦੇਵੇਗਾ। ਤਾਂ ਉਹ ਕਿਹੜੀਆਂ ਤਿੰਨ ਗੱਲਾਂ ਨੇ, ਉਹਨਾਂ ਬਾਰੇ ਗੱਲ ਕਰਦੇ ਹਾਂ। ਨਾਲ ਨਾਲ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਹ ਕਹਾਣੀ ਬਹੁਤ ਹੀ ਭਾਵੁਕ ਆ,
ਬਹੁਤ ਹੀ ਸਿੱਖਿਆ ਦਾਇਕ ਆ, ਇਹਨੂੰ ਬੜੇ ਧਿਆਨ ਦੇ ਨਾਲ ਸੁਣਨਾ। ਏਦਾਂ ਹੀ ਕਹਿੰਦੇ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਅਮੀਰ ਬੰਦਾ ਰਹਿੰਦਾ ਸੀ, ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਅੱਜ ਉਹ ਬਹੁਤ ਖੁਸ਼ ਸੀ ਕਿਉਂਕਿ ਅੱਜ ਉਹ ਬਾਪ ਬਣਨ ਜਾ ਰਿਹਾ ਸੀ, ਉਸ ਦੀ ਗਰਭਵਤੀ ਪਤਨੀ ਅੱਜ ਬੱਚੇ ਨੂੰ ਜਨਮ ਦੇਣ ਜਾ ਰਹੀ ਸੀ। ਕਹਿੰਦੇ ਉਸ ਅਮੀਰ ਬੰਦੇ ਦੇ ਘਰ ਪੁੱਤਰ ਦਾ ਜਨਮ ਹੋਇਆ। ਉਹ ਅਮੀਰ ਬੰਦੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਪਰ ਇਹ ਖੁਸ਼ੀ ਬਹੁਤੀ ਦੇਰ ਤੱਕ ਨਾ ਚੱਲ ਸਕੀ ਕਿਉਂਕਿ ਡਾਕਟਰਾਂ ਨੇ ਦੱਸਿਆ ਕਿ ਉਸ ਇਨਸਾਨ ਦੀ ਪਤਨੀ ਬੱਚੇ ਨੂੰ ਜਨਮ ਦਿੰਦਿਆਂ ਸਾਰ ਹੀ ਅਕਾਲ ਚਲਾਣਾ ਕਰ ਗਈ। ਕਹਿੰਦੇ ਇਹ ਗੱਲ ਸੁਣ ਕੇ ਉਹ ਮਨੁੱਖ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ, ਕਿਉਂਕਿ ਉਹਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਉਹਨੂੰ ਸਾਫ਼ ਸਾਫ਼ ਨਜ਼ਰ ਆ ਰਹੀਆਂ ਸਨ। ਕਈ ਸਵਾਲ ਉਹਦੇ ਮਨ ਦੇ ਵਿੱਚ ਚੱਲ ਰਹੇ ਸਨ ਕਿ ਮੈਂ ਇਹ ਛੋਟੇ ਜਿਹੇ ਬੱਚੇ ਨੂੰ ਕਿੰਜ ਪਾਲਾਂਗਾ, ਆਪਣੀ ਪਤਨੀ ਤੋਂ ਬਿਨਾਂ ਮੈਂ ਆਪਣੀ ਜ਼ਿੰਦਗੀ ਕਿੰਜ ਬਤੀਤ ਕਰਾਂਗਾ, ਜੇਕਰ ਮੈਂ ਦੂਸਰਾ ਵਿਆਹ ਕਰ ਲਿਆ ਤਾਂ ਹੋ ਸਕਦਾ ਹੈ ਜੋ ਮੇਰੀ ਦੂਸਰੀ ਪਤਨੀ ਆਵੇ, ਮੇਰੇ ਪੁੱਤਰ ਦੀ ਮਤਰੇਈ ਮਾਂ ਮੇਰੇ ਪੁੱਤਰ ਦੇ ਨਾਲ ਮਾੜਾ ਵਿਹਾਰ ਕਰੇ। ਕਹਿੰਦੇ ਇਸ ਤਰ੍ਹਾਂ ਦੇ ਕਈ ਸਵਾਲ ਉਹਦੇ ਮਨ ਦੇ ਵਿੱਚ ਚੱਲ ਰਹੇ ਸਨ। ਕਿਵੇਂ ਤਿਵੇਂ ਕਰਕੇ ਉਹਨੇ ਆਪਣੇ ਆਪ ਨੂੰ ਸੰਭਾਲਿਆ, ਇਸ ਦੁੱਖ ਦੇ ਵਿੱਚੋਂ ਬਾਹਰ ਆਇਆ ਅਤੇ ਉਹਨੇ ਫੈਸਲਾ ਕੀਤਾ ਕਿ ਮੈਂ ਦੂਸਰਾ ਵਿਆਹ ਨਹੀਂ ਕਰਵਾਵਾਂਗਾ, ਮੈਂ ਇਕੱਲਾ ਹੀ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਾਂਗਾ। ਕਹਿੰਦੇ ਉਸ ਦਿਨ ਤੋਂ ਬਾਅਦ ਉਹਨੇ ਆਪਣੇ ਬੱਚੇ ਨੂੰ ਮਾਂ ਬਾਪ ਦੋਵਾਂ ਦਾ ਪਿਆਰ ਦੇਣਾ ਸ਼ੁਰੂ ਕੀਤਾ, ਆਪਣੇ ਬੱਚੇ ਨੂੰ ਪਾਲਣਾ ਸ਼ੁਰੂ ਕੀਤਾ। ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਮਾਲਕ ਦਾ ਦਿੱਤਾ ਸਭ ਕੁਝ ਸੀ, ਵਧੀਆ ਕਾਰੋਬਾਰ ਚੱਲ ਰਿਹਾ ਸੀ। ਕਹਿੰਦੇ ਘਰ ਦੇ ਵਿੱਚ ਉਸ ਦੇ ਨਾਲ ਉਹਦੇ ਨੌਕਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ, ਉਹ ਨੌਕਰ ਇਹਦੇ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਰਹਿੰਦਾ। ਕਹਿੰਦੇ ਇਹਨੇ ਆਪਣੇ ਬੱਚੇ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਬੜਾ ਧਿਆਨ ਰੱਖਦਾ, ਇਹਦੇ ਲਈ ਸਭ ਤੋਂ ਜ਼ਰੂਰੀ ਇਹਦਾ ਬੱਚਾ ਸੀ, ਬਾਕੀ ਦੇ ਕੰਮ ਬਾਅਦ ਵਿੱਚ। ਕਹਿੰਦੇ ਇੱਕ ਵਾਰ ਬਚਪਨ ਦੇ ਵਿੱਚ ਇਹਦਾ ਬੱਚਾ ਖੇਡਦਾ ਖੇਡਦਾ ਡਿੱਗ ਗਿਆ, ਬੱਚੇ ਨੂੰ ਸੱਟ ਲੱਗ ਗਈ। ਕਹਿੰਦੇ ਇਸਨੇ ਜਦ ਆਪਣੇ ਬੱਚੇ ਦੀ ਸੱਟ ਦੇਖੀ, ਕਹਿੰਦੇ ਇੰਨਾ ਘਬਰਾ ਗਿਆ ਕਿ ਇਹਨੇ ਜਲਦੀ ਦੇ ਨਾਲ ਆਪਣੇ ਬੱਚੇ ਨੂੰ ਚੁੱਕਿਆ ਅਤੇ ਹਸਪਤਾਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ। ਕਹਿੰਦੇ ਅੱਧੇ ਘੰਟੇ ਦਾ ਰਸਤਾ ਇਹਨੇ 10 ਮਿੰਟਾਂ ਦੇ ਵਿੱਚ ਤੈਅ ਕਰ ਲਿਆ, ਹਸਪਤਾਲ ਦੇ ਵਿੱਚ ਡਾਕਟਰ ਦੇ ਕੋਲ ਆਪਣੇ ਬੱਚੇ ਨੂੰ ਲੈ ਗਿਆ। ਉਹ ਡਾਕਟਰ ਵੀ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਡਾਕਟਰ ਨੇ ਸਮਝਾਇਆ ਕਿ ਤੂੰ ਇੰਨਾ ਨਾ ਘਬਰਾ, ਤੇਰਾ ਬੱਚਾ ਬਿਲਕੁਲ ਠੀਕ ਆ, ਮਾਮੂਲੀ ਜੀ ਸੱਟ ਲੱਗੀ ਆ। ਪਰ ਕਹਿੰਦੇ ਨਾ, ਇਹ ਇੰਨਾ ਘਬਰਾ ਗਿਆ, ਇਹ ਵਾਰ ਵਾਰ ਕਹਿ ਰਿਹਾ ਸੀ ਕਿ ਡਾਕਟਰ ਸਾਹਿਬ ਮੇਰੇ ਪੁੱਤਰ ਨੂੰ ਬਚਾ ਲਓ, ਜਿੰਨਾ ਮਰਜ਼ੀ ਪੈਸਾ ਲੱਗ ਜਾਵੇ ਪੈਸੇ ਦੀ ਪਰਵਾਹ ਨਾ ਕਰਿਓ, ਮੇਰੇ ਬੱਚੇ ਨੂੰ ਬਚਾ ਲਓ। ਡਾਕਟਰ ਨੇ ਕਿਹਾ ਕਿ ਸੱਟ ਥੋੜ੍ਹੀ ਆ, ਖੂਨ ਜ਼ਿਆਦਾ ਵਹਿ ਗਿਆ ਹੈ, ਬਾਕੀ ਘਬਰਾਉਣ ਦੀ ਲੋੜ ਨਹੀਂ ਆ। ਪਰ ਕਹਿੰਦੇ ਇਹ ਮਨੁੱਖ ਇੰਨਾ ਘਬਰਾਇਆ ਹੋਇਆ ਸੀ, ਇਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ, ਵਾਰ ਵਾਰ ਰੱਬ ਅੱਗੇ ਅਰਦਾਸਾਂ ਕਰ ਰਿਹਾ ਸੀ, ਆਪਣੇ ਬੱਚੇ ਨੂੰ ਦੇਖ ਰਿਹਾ। ਕਹਿੰਦੇ ਡਾਕਟਰ ਨੇ ਇਲਾਜ ਕੀਤਾ, ਬੱਚੇ ਨੂੰ ਜਲਦ ਹੀ ਹੋਸ਼ ਆ ਗਈ। ਡਾਕਟਰ ਨੇ ਕਿਹਾ ਕਿ ਬੱਚੇ ਨੂੰ ਘਰ ਲੈ ਜਾਓ। ਇਹ ਮਨੁੱਖ ਆਪਣੇ ਬੱਚੇ ਨੂੰ ਘਰ ਲੈ ਆਇਆ, ਘਰ ਆ ਕੇ ਵੀ ਜਰਾ ਜਿੰਨਾ ਵੀ ਆਪਣੇ ਬੱਚੇ ਦਾ ਵਸਾਹ ਨਾ ਖਾਵੇ। ਉਹ ਨੌਕਰ ਜੋ ਇਹਨਾਂ ਦੇ ਨਾਲ ਰਹਿੰਦਾ ਸੀ ਉਹਨੇ ਵੀ ਬੜੀ ਵਾਰ ਸਮਝਾਇਆ ਕਿ ਤੁਸੀਂ ਕਿੰਨੇ ਦਿਨ ਹੋ ਗਏ ਚੰਗੀ ਤਰ੍ਹਾਂ ਕੁਝ ਵੀ ਖਾਧਾ ਪੀਤਾ ਨਹੀਂ ਆ, ਤੁਸੀਂ ਆਪਣੇ ਕੰਮ 'ਤੇ ਵੀ ਨਹੀਂ ਜਾ ਰਹੇ, ਤੁਸੀਂ ਬੇਟੇ ਦੀ ਫਿਕਰ ਨਾ ਕਰੋ, ਮੈਂ ਇਹਦੀ ਸਾਂਭ ਸੰਭਾਲ ਕਰਨ ਦੇ ਲਈ ਹਾਂ। ਪਰ ਕਹਿੰਦੇ ਇਹਨੂੰ ਕਿਸੇ 'ਤੇ ਯਕੀਨ ਨਹੀਂ ਸੀ, ਇਹਨੇ ਕਿਹਾ ਕਿ ਨਹੀਂ, ਜਿੰਨੀ ਦੇਰ ਤੱਕ ਮੇਰਾ ਬੇਟਾ ਬਿਲਕੁਲ ਠੀਕ ਨਹੀਂ ਹੋ ਜਾਂਦਾ ਮੈਂ ਹੋਰ ਕਿਸੇ ਵੀ ਕੰਮ ਦੇ ਉੱਤੇ ਧਿਆਨ ਲਾ ਹੀ ਨਹੀਂ ਪਾਵਾਂਗਾ, ਮੇਰੇ ਲਈ ਸਭ ਤੋਂ ਜ਼ਰੂਰੀ ਮੇਰਾ ਪੁੱਤਰ ਆ, ਮੈਨੂੰ ਉਨੀ ਦੇਰ ਤੱਕ ਕੋਈ ਵੀ ਕੰਮ ਚੰਗਾ ਨਹੀਂ ਲੱਗ ਸਕਦਾ।
ਕਹਿੰਦੇ ਬਸ ਕੁਝ ਹੀ ਦਿਨਾਂ ਦੇ ਵਿੱਚ ਇਹਦਾ ਪੁੱਤਰ ਬਿਲਕੁਲ ਠੀਕ ਹੋ ਗਿਆ। ਸੱਟ ਦਾ ਜੋ ਜ਼ਖਮ ਉਹ ਵੀ ਭਰ ਗਿਆ। ਹੁਣ ਬੱਚਾ ਸਕੂਲ ਜਾਣ ਲੱਗਾ, ਪਹਿਲਾਂ ਦੀ ਵਾਂਗ ਖੇਡਣ ਲੱਗਾ, ਤਾਂ ਇਹਨੇ ਵੀ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕਹਿੰਦੇ ਇੱਦਾਂ ਹੀ ਸਮਾਂ ਬੀਤਦਾ ਗਿਆ। ਇਹਨੇ ਆਪਣੇ ਬੱਚੇ ਦੇ ਹਰ ਲਾਡ ਚਾਰੀਆਂ ਪੂਰੀਆਂ ਕੀਤੀਆਂ, ਬੱਚੇ ਨੂੰ ਬੜਾ ਵਧੀਆ ਪੜ੍ਹਾਇਆ ਲਿਖਾਇਆ ਅਤੇ ਬੱਚੇ ਨੇ ਵੀ ਸੋਹਣੀ ਪੜ੍ਹਾਈ ਕੀਤੀ। ਕਹਿੰਦੇ ਅਮੀਰ ਬੰਦੇ ਦਾ ਪੁੱਤਰ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਕੰਮ ਕਾਰ ਦੇ ਵਿੱਚ ਹੱਥ ਵਟਾਉਣ ਲੱਗਾ। ਪਿਤਾ ਦਾ ਜੋ ਵੀ ਬਿਜ਼ਨਸ ਸੀ, ਕਾਰੋਬਾਰ ਸੀ, ਇਸ ਬੱਚੇ ਨੇ ਜਲਦ ਹੀ ਸਮਝ ਲਿਆ। ਹੁਣ ਹਰ ਕੰਮ ਦੀ ਸਮਝ ਇਹ ਅਮੀਰ ਬੰਦੇ ਦੇ ਪੁੱਤਰ ਨੂੰ ਲੱਗ ਗਈ। ਕਹਿੰਦੇ ਇਹ ਪਿਤਾ ਆਪਣੇ ਪੁੱਤਰ ਦੀ ਇਹ ਕਾਮਯਾਬੀ ਨੂੰ ਦੇਖ ਕੇ ਬੜਾ ਖੁਸ਼ ਹੁੰਦਾ। ਮਨ ਹੀ ਮਨ ਦੇ ਵਿੱਚ ਸੋਚਦਾ ਵੀ ਹੁਣ ਮੇਰਾ ਪੁੱਤਰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਹੋ ਗਿਆ ਏ। ਤਾਂ ਕਹਿੰਦੇ ਇਹਨੇ ਇੱਕ ਚੰਗੀ ਜਿਹੀ ਕੁੜੀ ਦੇਖ ਕੇ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ। ਪੁੱਤਰ ਦੇ ਵਿਆਹ ਤੋਂ ਬਾਅਦ ਘਰ ਦੀਆਂ ਰੌਣਕਾਂ, ਘਰ ਦੀਆਂ ਖੁਸ਼ੀਆਂ ਹੋਰ ਵੀ ਵੱਧ ਗਈਆਂ, ਕਿਉਂਕਿ ਇੱਕ ਤਾਂ ਨਵਾਂ ਜੀ ਘਰ ਦੇ ਵਿੱਚ ਆਇਆ, ਘਰ ਦੇ ਵਿੱਚ ਇੱਕ ਔਰਤ ਦੀ ਕਮੀ ਸੀ ਉਹ ਵੀ ਪੂਰੀ ਹੋ ਗਈ। ਘਰ ਦੇ ਵਿੱਚ ਔਰਤ ਆਈ ਤਾਂ ਘਰ ਦੀ ਰੌਣਕ, ਘਰ ਦੀ ਬਰਕਤ, ਘਰ ਦੀ ਸੁੰਦਰਤਾ ਹੋਰ ਵੱਧ ਗਈ। ਘਰ ਨੂੰ ਚਾਰ ਚੰਨ ਲੱਗ ਗਏ। ਕਹਿੰਦੇ ਹੁਣ ਤਾਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਸੀ। ਹੁਣ ਇਹਨੂੰ ਰੱਬ ਤੋਂ ਹੋਰ ਕੁਝ ਨਹੀਂ ਚਾਹੀਦਾ। ਕਹਿੰਦੇ ਇੱਕ ਦਿਨ ਇਹਨੇ ਫੈਸਲਾ ਕੀਤਾ ਵੀ ਹੁਣ ਮੇਰਾ ਪੁੱਤਰ ਸਾਰਾ ਕੰਮ ਕਾਰ ਸੰਭਾਲਣ ਦੇ ਯੋਗ ਹੋ ਗਿਆ ਏ, ਸਾਰੇ ਕੰਮ ਇਹੀ ਦੇਖਦਾ ਏ, ਤਾਂ ਕਿਉਂ ਨਾ ਸਾਰੀ ਜ਼ਮੀਨ ਜਾਇਦਾਦ ਇਸਦੇ ਨਾਮ ਕਰ ਦੇਵਾਂ, ਕਿਉਂਕਿ ਹੁਣ ਇਸਦੇ ਆਪਣੇ ਸਰੀਰ ਦੇ ਵਿੱਚ ਇੰਨੀ ਤਾਕਤ ਨਹੀਂ ਰਹੀ, ਸਰੀਰ ਥੋੜ੍ਹਾ ਕਮਜ਼ੋਰ ਹੋ ਚੁੱਕਿਆ ਸੀ। ਇਹਨੇ ਫੈਸਲਾ ਕੀਤਾ ਵੀ ਹੁਣ ਮੈਂ ਕੰਮ 'ਤੇ ਨਹੀਂ ਜਾਇਆ ਕਰਾਂਗਾ, ਘਰ ਵਿੱਚ ਰਹਿ ਕੇ ਆਰਾਮ ਕਰਾਂਗਾ, ਰੱਬ ਦਾ ਨਾਮ ਲਿਆ ਕਰਾਂਗਾ। ਹੁਣ ਸਾਰਾ ਕੰਮ ਪੁੱਤਰ ਦੇਖੇ। ਕਹਿੰਦੇ ਨੇ ਸਾਰੀ ਜ਼ਮੀਨ ਜਾਇਦਾਦ ਆਪਣੇ ਪੁੱਤਰ ਦੇ ਨਾਮ ਲਗਾ ਦਿੱਤੀ। ਹੁਣ ਤਾਂ ਨੌ ਪੁੱਤਰ ਬੜੇ ਖੁਸ਼ ਹੋਏ ਕਿ ਸਾਡੇ ਪਿਤਾ ਨੇ ਸਾਰੀ ਜ਼ਮੀਨ ਜਾਇਦਾਦ ਸਾਡੇ ਨਾਮ ਕਰ ਦਿੱਤੀ ਆ। ਕੁਝ ਕੁ ਮਹੀਨੇ ਤਾਂ ਕਹਿੰਦੇ ਪਹਿਲਾਂ ਵਾਂਗ ਚੱਲਿਆ, ਜਿਵੇਂ ਪਹਿਲਾਂ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦੇ ਸੀ ਉਸੇ ਤਰ੍ਹਾਂ ਇੱਜ਼ਤ ਕਰਨੀ। ਪਰ ਕਹਿੰਦੇ ਸਮੇਂ ਦੇ ਨਾਲ ਨਾਲ ਘਰ ਦੇ ਹਾਲਾਤ ਬਦਲਣੇ ਸ਼ੁਰੂ ਹੋਏ, ਖਾਸ ਕਰਕੇ ਆਪਣੇ ਪਿਤਾ ਦੇ ਪ੍ਰਤੀ ਇਹਨਾਂ ਦਾ ਵਿਹਾਰ ਬਦਲਣਾ ਸ਼ੁਰੂ ਹੋ ਗਿਆ। ਹੁਣ ਨਿੱਕੀ ਨਿੱਕੀ ਗੱਲ ਤੋਂ ਆਪਣੇ ਪਿਤਾ ਦੇ ਨਾਲ ਖਿਝਣ ਲੱਗ ਪਏ। ਇੱਧਰ ਇਹ ਪਿਤਾ, ਭਾਵ ਕਿ ਉਹ ਅਮੀਰ ਬੰਦਾ, ਇਹ ਵੀ ਦਿਨੋ ਦਿਨ ਕਮਜ਼ੋਰ ਹੋ ਰਿਹਾ। ਆਪਣੇ ਹਰ ਕੰਮ ਦੇ ਲਈ ਆਪਣੇ ਪੁੱਤਰ, ਆਪਣੇ ਨੂੰਹ ਦੇ ਉੱਤੇ ਡਿਪੈਂਡ ਹੋ ਗਿਆ, ਨੌਕਰ ਸਾਂਭ ਸੰਭਾਲ ਕਰਦਾ। ਪਰ ਫਿਰ ਵੀ ਜੋ ਆਸ ਇਹਨੂੰ ਨੌ ਪੁੱਤਰ ਤੋਂ ਸੀ ਨਾ, ਉਹ ਆਸ ਉਮੀਦ ਇਹਨੂੰ ਟੁੱਟਦੀ ਨਜ਼ਰ ਆਉਣ ਲੱਗੀ। ਹੁਣ ਤਾਂ ਇਹਦੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਣ ਲੱਗਾ। ਕਹਿੰਦੇ ਇੱਕ ਦਿਨ ਇਹ ਬੈੱਡ ਦੇ ਉੱਪਰ ਲੰਮਾ ਪਿਆ, ਉੱਠਣ ਲੱਗਾ ਤਾਂ ਭੁੰਜੇ ਡਿੱਗ ਗਿਆ। ਤੇ ਕਹਿੰਦੇ ਇਹਦੀ ਨੌਂ ਨੇ ਇਹਦੇ ਪੁੱਤਰ ਦੇ ਨਾਲ ਗੱਲ ਕੀਤੀ, ਕਿਹਾ ਕਿ ਪਿਤਾ ਜੀ ਬੈੱਡ ਦੇ ਉੱਤੇ ਲੰਮੇ ਪਏ ਰਹਿੰਦੇ ਨੇ, ਆਪਣੇ ਆਪ ਜਦੋਂ ਉੱਠਣ ਲੱਗਦੇ ਨੇ ਡਿੱਗ ਜਾਂਦੇ ਨੇ, ਕਿਉਂ ਨਾ ਆਪਾਂ ਇਹਨਾਂ ਦਾ ਬਿਸਤਰ ਹੀ ਭੁੰਜੇ ਲਾ ਦੇਈਏ, ਕਿਉਂਕਿ ਪਲੰਘ ਦੇ ਉੱਤੋਂ ਡਿੱਗ ਕੇ ਕਿਤੇ ਸੱਟ ਪੇਟ ਹੀ ਨਾ ਲੱਗ ਜਾਵੇ, ਬਾਅਦ ਵਿੱਚ ਸਾਂਭਣਾ ਔਖਾ ਹੋ ਜਾਵੇਗਾ। ਕਹਿੰਦੇ ਪੁੱਤਰ ਵੀ ਲਾਈ ਲੱਗ, ਉਹਨੇ ਵੀ ਕਿਹਾ ਵੀ ਠੀਕ ਆ, ਅੱਜ ਤੋਂ ਬਾਅਦ ਪਿਤਾ ਜੀ ਦਾ ਬਿਸਤਰ ਭੁੰਜੇ ਜ਼ਮੀਨ ਦੇ ਉੱਤੇ ਲਾ ਦਿਓ। ਕਹਿੰਦੇ ਭੁੰਜੇ ਜ਼ਮੀਨ ਦੇ ਉੱਤੇ ਬਿਸਤਰ ਲਾ ਦਿੱਤਾ। ਹੁਣ ਭੁੰਜੇ ਜ਼ਮੀਨ ਦੇ ਉੱਤੇ ਪੈਣ ਕਰਕੇ ਇਸ ਬਜ਼ੁਰਗ ਦੀ ਤਬੀਅਤ ਹੋਰ ਵੀ ਜ਼ਿਆਦਾ ਖਰਾਬ ਰਹਿਣ ਲੱਗੀ, ਸਰੀਰ ਜਕੜਿਆ ਰਹਿੰਦਾ, ਆਪਣੇ ਹਰ ਕੰਮ ਦੇ ਲਈ ਦੂਜਿਆਂ ਦਾ ਮੁਹਤਾਜ ਹੋ ਗਿਆ। ਕਹਿੰਦੇ ਘਰ ਦੇ ਵਿੱਚ ਇਹਦੀ ਕੋਈ ਸੁਣਵਾਈ ਨਹੀਂ, ਆਵਾਜ਼ਾਂ ਮਾਰਦਾ ਰਹਿੰਦਾ, ਨੌ ਆਵਾਜ਼ ਨਾ ਸੁਣਦੀ, ਪੁੱਤਰ ਸਾਰਾ ਦਿਨ ਆਪਣੇ ਕੰਮ ਦੇ ਉੱਤੇ ਰਹਿੰਦਾ, ਕੰਮ ਤੋਂ ਆਉਂਦਾ ਤਾਂ ਵੀ ਉਹਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਆਪਣੇ ਪਿਤਾ ਦੇ ਕੋਲ ਆ ਕੇ ਬੈਠੇ ਉਹਦਾ
ਹਾਲ ਚਾਲ ਪੁੱਛੇ। ਇੱਕ ਨੌਕਰ ਹੀ ਜੋ ਇਸ ਬਜ਼ੁਰਗ ਦੀ ਸਾਂਭ ਸੰਭਾਲ ਕਰਦਾ। ਉਹ ਨੌਕਰ ਆਪਣੇ ਮਾਲਕ ਦੇ ਨਾਲ ਦਿਲੋਂ ਹਮਦਰਦੀ ਰੱਖਦਾ ਸੀ, ਕਿਉਂਕਿ ਬਚਪਨ ਤੋਂ ਉਹ ਵੀ ਇਸੇ ਘਰ ਦੇ ਵਿੱਚ ਰਿਹਾ। ਇਹ ਬਜ਼ੁਰਗ ਨੇ ਉਹਦਾ ਵੀ ਬੜਾ ਖਿਆਲ ਰੱਖਿਆ। ਉਹ ਨੌਕਰ ਦਿਲੋਂ ਹੀ ਆਪਣੇ ਮਾਲਕ ਦੇ ਨਾਲ ਹਮਦਰਦੀ ਰੱਖਦਾ ਸੀ ਅਤੇ ਮਾਲਕ ਦਾ ਦਰਦ ਵੀ ਸਮਝਦਾ ਸੀ, ਕਿਉਂਕਿ ਇਹਨੇ ਆਪਣੇ ਪੁੱਤਰ ਨੂੰ ਬੜਾ ਔਖਾ ਪਾਲਿਆ। ਉਹ ਦਿਲੋਂ ਚਾਹੁੰਦਾ ਸੀ ਕਿ ਇਹਦਾ ਪੁੱਤਰ ਇਹਦੀ ਇੱਜ਼ਤ ਕਰੇ, ਇਹਦੀ ਸਾਂਭ ਸੰਭਾਲ ਕਰੇ, ਇਹਦੀ ਸੇਵਾ ਕਰੇ, ਪਰ ਚਾਹੁੰਦਿਆਂ ਹੋਇਆਂ ਵੀ ਕੁਝ ਕਰ ਨਹੀਂ ਸੀ ਪਾ ਰਿਹਾ। ਇੱਕ ਦਿਨ ਕਹਿੰਦੇ ਇਹ ਨੌਕਰ ਕਿਸੇ ਕੰਮ ਦੇ ਲਈ ਘਰੋਂ ਬਾਹਰ ਗਿਆ, ਮਗਰੋਂ ਬਜ਼ੁਰਗ ਨੂੰ ਪਿਆਸ ਲੱਗੀ। ਉਹਨੇ ਆਪਣੀ ਨੂੰਹ ਨੂੰ ਬਹੁਤ ਆਵਾਜ਼ਾਂ ਮਾਰੀਆਂ, ਕਿਸੇ ਨੇ ਉਹਦੀ ਆਵਾਜ਼ ਨਾ ਸੁਣੀ। ਇਹਨੇ ਆਪ ਹੀ ਕੋਸ਼ਿਸ਼ ਕਰਕੇ ਉੱਠਣਾ ਚਾਹਿਆ, ਚਲੋ ਮੈਂ ਆਪ ਹੀ ਜਾ ਕੇ ਪਾਣੀ ਪੀ ਆਉਣਾ ਹਾਂ, ਪਰ ਕਹਿੰਦੇ ਜਦੋਂ ਸਹਾਰੇ ਦੇ ਨਾਲ ਖੜਾ ਹੋ ਗਿਆ ਪਰ ਚੱਲ ਨਾ ਸਕਿਆ, ਜ਼ਮੀਨ ਤੇ ਪੁੰਜੇ ਡਿੱਗ ਗਿਆ। ਪੁੰਜੇ ਡਿੱਗਣ ਕਰਕੇ ਇਹਦੇ ਮੱਥੇ ਦੇ ਵਿੱਚ ਬਹੁਤ ਜ਼ਿਆਦਾ ਸੱਟ ਵੱਜ ਗਈ, ਖੂਨ ਨਿਕਲਣਾ ਸ਼ੁਰੂ ਹੋ ਗਿਆ। ਕਹਿੰਦੇ ਪੁੰਜੇ ਡਿੱਗਣ ਦੀ ਆਵਾਜ਼ ਸੁਣਨ ਕਰਕੇ ਨੌ ਜਲਦੀ ਦੇ ਨਾਲ ਇਹਦੇ ਕਮਰੇ ਦੇ ਵਿੱਚ ਆਈ। ਆ ਕੇ ਦੇਖਿਆ ਜ਼ਮੀਨ ਦੇ ਉੱਤੇ ਖੂਨ ਦੇ ਨਾਲ ਲੱਥ ਪੱਥ ਇਹ ਬਜ਼ੁਰਗ ਪਿਆ, ਪਰ ਇਹਦੀ ਨੌ ਨੇ ਬਜ਼ੁਰਗ ਨੂੰ ਚੁੱਕਣ ਦੀ ਬਜਾਏ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹਦੇ ਤੋਂ ਟਿਕਿਆ ਨਹੀਂ ਜਾਂਦਾ, ਹੁਣ ਇੰਨੀ ਵੱਡੀ ਸੱਟ ਲਵਾ ਲਈ ਆ, ਪੈਸੇ ਦਾ ਥਾਂ ਬਣਾ ਦਿੱਤਾ ਹੈ, ਹੁਣ ਇਹਨੂੰ ਸਾਂਭੇਗਾ ਕੌਣ। ਕਹਿੰਦੇ ਜਲਦੀ ਦੇ ਨਾਲ ਉਹਨੇ ਆਪਣੇ ਪਤੀ ਨੂੰ ਫੋਨ ਲਗਾਇਆ, ਪਤੀ ਨੂੰ ਦੱਸਿਆ। ਪਤੀ ਨੇ ਨੌਕਰ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਘਰੇ ਪਿਤਾ ਜੀ ਡਿੱਗ ਗਏ ਨੇ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਆ। ਨੌਕਰ ਨੇ ਕਿਹਾ ਕਿ ਤੁਹਾਡੀ ਲੋੜ ਆ ਤੁਹਾਡੇ ਪਿਤਾ ਨੂੰ, ਤੁਸੀਂ ਆਪਣੇ ਕੰਮ ਤੋਂ ਜਲਦੀ ਘਰ ਆ ਜਾਓ। ਕਹਿੰਦੇ ਪਰ ਪੁੱਤਰ ਨੇ ਕਿਹਾ ਕਿ ਮੈਂ ਜਲਦੀ ਆਉਣ ਦੀ ਕੋਸ਼ਿਸ਼ ਕਰਾਂਗਾ, ਤੂੰ ਇੰਝ ਕਰ ਇੱਕ ਇਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਜਾ, ਮੈਂ ਉੱਥੇ ਹੀ ਪਹੁੰਚ ਰਿਹਾ ਹਾਂ। ਕਹਿੰਦੇ ਨੌਕਰ ਇਸ ਬਜ਼ੁਰਗ ਨੂੰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚਿਆ, ਪਹੁੰਚ ਕੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਉਹੀ ਹਸਪਤਾਲ ਸੀ ਜਿੱਥੇ ਇੱਕ ਦਿਨ ਇਹ ਆਪਣੇ ਬੱਚੇ ਨੂੰ ਲੈ ਕੇ ਆਇਆ। ਉਹੀ ਡਾਕਟਰ ਇਸ ਦਾ ਦੋਸਤ, ਉਹਨੇ ਇਹਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ, ਪਰ ਡਾਕਟਰ ਨੇ ਉਹ ਨੌਕਰ ਨੂੰ ਕਿਹਾ ਕਿ ਤੁਸੀਂ ਜਲਦੀ ਦੇ ਨਾਲ ਇਹਦੇ ਪੁੱਤਰ ਨੂੰ ਬੁਲਾਓ, ਕਿਉਂਕਿ ਸੱਟ ਬਹੁਤ ਜ਼ਿਆਦਾ ਲੱਗੀ ਆ, ਹੋ ਸਕਦਾ ਹੈ ਆਪਰੇਸ਼ਨ ਕਰਨਾ ਪਵੇ। ਕਹਿੰਦੇ ਨੌਕਰ ਨੇ ਬਹੁਤ ਫੋਨ ਕੀਤੇ, ਇੱਕ ਦੋ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਇਹ ਪੁੱਤਰ ਜਦੋਂ ਹਸਪਤਾਲ ਦੇ ਵਿੱਚ ਪਹੁੰਚਿਆ, ਡਾਕਟਰ ਨੇ ਦੱਸਿਆ ਕਿ ਤੇਰੇ ਪਿਤਾ ਜੀ ਨੂੰ ਸੱਟ ਜ਼ਿਆਦਾ ਲੱਗ ਗਈ ਆ। ਕਹਿੰਦੇ ਪੁੱਤਰ ਪਿਤਾ ਦਾ ਹਾਲ ਚਾਲ ਤਾਂ ਕੀ ਪੁੱਛਣਾ, ਸਗੋਂ ਬੁੜਬੁੜ ਕਰਨ ਲੱਗਾ, ਇਹਨਾਂ ਨੇ ਬੈਠਿਆਂ ਬੈਠਿਆਂ ਨੇ ਸੱਟ ਲਗਾ ਲਈ ਆ, ਸਾਡਾ ਕੰਮ ਵਧਾ ਦਿੱਤਾ ਹੈ, ਹੁਣ ਪੈਸੇ ਲੱਗਣ ਦਾ ਥਾਂ ਬਣ ਗਿਆ। ਕਹਿੰਦੇ ਜਦ ਉਹ ਡਾਕਟਰ ਨੇ ਇਸ ਮੁੰਡੇ ਦਾ ਇਹ ਵਿਹਾਰ ਆਪਣੇ ਪਿਤਾ ਦੇ ਪ੍ਰਤੀ ਦੇਖਿਆ ਤਾਂ ਡਾਕਟਰ ਨੂੰ ਬਹੁਤ ਗੁੱਸਾ ਆਇਆ। ਉਹ ਡਾਕਟਰ ਇਹਦੇ ਪਿਤਾ ਦਾ ਦੋਸਤ ਵੀ ਸੀ, ਇਸ ਕਰਕੇ ਉਹਨੂੰ ਵੀ ਇਹਨਾਂ ਦੇ ਘਰ ਦੇ ਹਾਲਾਤ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਕਿਸ ਤਰੀਕੇ ਦੇ ਨਾਲ ਉਹਨੇ ਆਪਣੇ ਪੁੱਤਰ ਦੀ ਸਾਂਭ ਸੰਭਾਲ ਕੀਤੀ ਸੀ, ਇਹਦਾ ਪਾਲਣ ਪੋਸ਼ਣ ਕੀਤਾ, ਕਿੰਨਾ ਕੁਝ ਆਪਣੇ ਪੁੱਤਰ ਦੇ ਲਈ ਉਹਨੇ ਕੀਤਾ ਸੀ। ਕਹਿੰਦੇ ਉਹ ਡਾਕਟਰ ਨੇ ਗੁੱਸੇ ਦੇ ਵਿੱਚ ਇਹ ਪੁੱਤਰ ਨੂੰ ਬਹੁਤ ਕੁਝ ਸੁਣਾਇਆ, ਸਾਰੀ ਇੱਕ ਇੱਕ ਗੱਲ ਦੱਸੀ ਕਿ ਤੇਰੇ ਕਰਕੇ ਤੇਰੇ ਪਿਤਾ ਨੇ ਦੂਸਰਾ ਵਿਆਹ ਨਹੀਂ ਕਰਾਇਆ ਤਾਂ ਜੋ ਤੈਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ, ਉਹ ਬਚਪਨ ਦੀ ਘਟਨਾ ਇਹਨੂੰ ਯਾਦ ਕਰਵਾਈ ਕਿ ਤੈਨੂੰ ਇੱਕ ਛੋਟੀ ਜਿਹੀ ਚੋਟ ਲੱਗੀ ਸੀ, ਛੋਟੀ ਜਿਹੀ ਸੱਟ ਲੱਗੀ ਸੀ, ਉਹਨੇ ਆਪਣਾ ਸਾਰਾ ਕੰਮ ਕਾਰ ਕਰਨਾ ਛੱਡ ਦਿੱਤਾ ਸੀ, ਤੇਰੇ ਸਿਰਹਾਣੇ ਬੈਠਾ ਰਿਹਾ, ਤੇਰੀ ਛੋਟੀ ਜਿਹੀ ਸੱਟ 'ਤੇ ਉਹ ਕਹਿ ਰਿਹਾ ਸੀ ਕਿ ਪੈਸੇ ਦੀ ਪਰਵਾਹ ਨਾ ਕਰਿਓ, ਜੇ ਮਹਿੰਗੇ ਤੋਂ ਮਹਿੰਗਾ ਇਲਾਜ ਕਰੋ, ਮੇਰੇ ਬੱਚੇ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ, ਅਤੇ ਤੂੰ ਕਿੱਦਾਂ ਦਾ ਪੁੱਤਰ ਆ, ਤੂੰ ਸਾਰਾ ਕੁਝ ਭੁੱਲ ਗਿਆ। ਕਹਿੰਦੇ ਜਦੋਂ ਡਾਕਟਰ ਨੇ ਇਕੱਲੀ ਇਕੱਲੀ ਗੱਲ ਅੱਗੇ ਰੱਖੀ
ਇਹਨੂੰ ਸਾਰਾ ਕੁਝ ਯਾਦ ਕਰਵਾਇਆ ਤਾਂ ਇਹ ਬੜਾ ਸ਼ਰਮਿੰਦਾ ਹੋਇਆ। ਇਹ ਡਾਕਟਰ ਤੋਂ ਮਾਫੀ ਮੰਗਣ ਲੱਗਾ ਕਿ ਡਾਕਟਰ ਸਾਹਿਬ ਮੈਨੂੰ ਮਾਫ ਕਰ ਦਿਓ। ਡਾਕਟਰ ਨੇ ਕਿਹਾ ਕਿ ਮਾਫੀ ਮੇਰੇ ਤੋਂ ਨਹੀਂ ਆਪਣੇ ਪਿਤਾ ਤੋਂ ਮੰਗੀ, ਪਰ ਪਹਿਲਾਂ ਆਪਣੇ ਪਿਤਾ ਦਾ ਇਲਾਜ ਕਰਵਾ। ਕਹਿੰਦੇ ਇਹਨੇ ਜਲਦੀ ਦੇ ਨਾਲ ਪੈਸੇ ਜਮ੍ਹਾਂ ਕਰਵਾਏ, ਆਪਣੇ ਪਿਤਾ ਦਾ ਵਧੀਆ ਇਲਾਜ ਕਰਵਾਇਆ। ਜਦੋਂ ਪਿਤਾ ਜੀ ਹੋਸ਼ ਦੇ ਵਿੱਚ ਆ ਗਏ ਤਾਂ ਆਪਣੇ ਪਿਤਾ ਜੀ ਤੋਂ ਮਾਫੀ ਮੰਗੀ, ਕਿਹਾ ਕਿ ਪਿਤਾ ਜੀ ਮੈਨੂੰ ਮਾਫ਼ ਕਰ ਦਿਓ, ਮੈਂ ਭੁੱਲ ਗਿਆ ਸਾਂ ਕਿ ਤੁਸੀਂ ਮੇਰੇ ਲਈ ਕਿੰਨਾ ਕੁਝ ਕੀਤਾ ਹੈ। ਜੋ ਤੁਸੀਂ ਮੇਰੇ ਲਈ ਕੀਤਾ ਇਹ ਕਰਜ਼ ਤਾਂ ਮੈਂ ਸਾਰੀ ਉਮਰ ਨਹੀਂ ਲਾ ਸਕਦਾ, ਪਰ ਮੈਂ ਤੁਹਾਡੇ ਨਾਲ ਇੰਨਾ ਮਾੜਾ ਸਲੂਕ ਕਰਦਾ ਰਿਹਾ, ਪਿਤਾ ਜੀ ਮੈਨੂੰ ਮਾਫ਼ ਕਰ ਦਿਓ। ਕਹਿੰਦੇ ਪਿਤਾ ਜੀ ਨੇ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲਿਆ, ਕਿਹਾ ਕਿ ਪੁੱਤਰ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ, ਮੇਰੇ ਲਈ ਇੰਨਾ ਹੀ ਕਾਫ਼ੀ ਆ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਆਪਣਾ ਬੁਢਾਪਾ ਸੁਰੱਖਿਅਤ ਕਰ ਲਿਆ ਹੈ, ਹੁਣ ਮੈਨੂੰ ਕੋਈ ਫਿਕਰ ਕੋਈ ਚਿੰਤਾ ਨਹੀਂ। ਜਦ ਇਹ ਗੱਲ ਕਹੀ ਤਾਂ ਪੁੱਤਰ ਨੇ ਕਿਹਾ, ਪਿਤਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ, ਮੈਂ ਆਪਣਾ ਬੁਢਾਪਾ ਕਿੰਝ ਸੁਰੱਖਿਅਤ ਕਰ ਲਿਆ? ਤਾਂ ਕਹਿੰਦੇ ਉਹਦੇ ਪਿਤਾ ਨੇ ਮੁਸਕਰਾ ਕੇ ਕਿਹਾ, ਪੁੱਤਰ ਇਹ ਕਰਮ ਬੀਜ ਆ, ਜੋ ਵੀ ਅੱਜ ਆਪਾਂ ਕੰਮ ਕਰਦੇ ਹਾਂ ਨਾ, ਇਹ ਆਪਾਂ ਆਪਣੇ ਲਈ ਹੀ ਕਰਮ ਬੀਜ ਰਹੇ ਹਾਂ, ਅਤੇ ਜੋ ਦੁੱਖ ਮੈਨੂੰ ਮਿਲਿਆ ਹੈ ਨਾ, ਇਹ ਦੁੱਖ ਵੀ ਮੈਨੂੰ ਮੇਰੇ ਕਰਮਾਂ ਕਰਕੇ ਮਿਲਿਆ। ਇਹਦੇ ਪਿੱਛੇ ਵੀ ਦੋ ਕਾਰਨ ਆ, ਇੱਕ ਤਾਂ ਮੇਰੇ ਕਰਮ, ਕਿਉਂਕਿ ਮੈਂ ਵੀ ਤੇਰੇ ਵਾਂਗ ਆਪਣੇ ਮਾਤਾ ਪਿਤਾ ਦੇ ਨਾਲ ਬਹੁਤ ਮਾੜਾ ਸਲੂਕ ਕੀਤਾ ਸੀ, ਹੋ ਸਕਦਾ ਮੈਨੂੰ ਮੇਰੇ ਕਰਮਾਂ ਦਾ ਫਲ ਮਿਲਿਆ। ਕਿਉਂਕਿ ਸਿਆਣੇ ਕਹਿੰਦੇ ਆ ਨਾ, ਕਰਮਾਂ ਦੇ ਫਲ ਤੋਂ ਕੋਈ ਨਹੀਂ ਬਚ ਪਾਉਂਦਾ, ਕਰਮਾਂ ਦਾ ਫਲ ਸਾਨੂੰ ਭੋਗਣਾ ਹੀ ਪੈਂਦਾ ਹੈ। ਤਾਂ ਜੋ ਮੈਂ ਆਪਣੇ ਲਈ ਕਰਮ ਬੀਜ ਬੀਜੇ ਸੀ ਉਹ ਮੈਂ ਵੱਢ ਲਏ ਆ, ਪਰ ਮੈਂ ਤੇਰੇ ਤੋਂ ਖੁਸ਼ ਹਾਂ ਕਿ ਤੂੰ ਮਾੜੇ ਕਰਮ ਕਮਾਉਣੋਂ ਬਚ ਗਿਆ ਹੈ, ਤੂੰ ਆਪਣਾ ਬੁਢਾਪਾ ਸੁਰੱਖਿਅਤ ਕਰ ਲਿਆ। ਦੂਸਰੀ ਗਲਤੀ ਮੈਂ ਇਹ ਕੀਤੀ ਕਿ ਮੈਂ ਤੈਨੂੰ ਲਾਡ ਪਿਆਰ ਕੀਤਾ, ਤੇਰੀਆਂ ਸਾਰੀਆਂ ਰੀਝਾਂ ਇਛਾਵਾਂ ਪੂਰੀਆਂ ਕੀਤੀਆਂ, ਪਰ ਮੈਂ ਤੈਨੂੰ ਕੁਝ ਗੱਲਾਂ ਸਮਝਾਉਣੀਆਂ ਭੁੱਲ ਗਿਆ। ਪਰ ਮੈਂ ਚਾਹੁੰਦਾ ਹਾਂ ਕਿ ਤੂੰ ਇਹ ਗੱਲਾਂ ਆਪਣੇ ਬੱਚੇ ਨੂੰ ਅੱਗੇ ਜ਼ਰੂਰ ਸਮਝਾਵੇਂ, ਤਾਂ ਜੋ ਤੈਨੂੰ ਅੱਗੇ ਚੱਲ ਕੇ ਕੋਈ ਪਰੇਸ਼ਾਨੀ ਨਾ ਹੋਵੇ, ਤੇਰਾ ਬੱਚਾ ਗਲਤ ਰਾਹ 'ਤੇ ਨਾ ਜਾਵੇ, ਗਲਤ ਸੰਗਤ ਦੇ ਵਿੱਚ ਨਾ ਪਵੇ, ਤੇਰਾ ਬੱਚਾ ਤੈਨੂੰ ਬੁਢਾਪੇ ਵਿੱਚ ਤੰਗ ਨਾ ਕਰੇ। ਉਹ ਬਜ਼ੁਰਗ ਨੇ ਪਹਿਲੀ ਗੱਲ ਸਮਝਾਈ ਕਿ ਪੁੱਤਰ ਆਪਣੇ ਬੱਚੇ ਦੇ ਨਾਲ ਲਾਡ ਲੜਾਉਣਾ ਮਾੜੀ ਗੱਲ ਨਹੀਂ ਆ, ਲਾਡ ਲੜਾਓ, ਰੀਝਾਂ ਪੂਰੀਆਂ ਕਰੋ, ਉਹਦੇ ਚਾਅ ਪੂਰੇ ਕਰੋ, ਪਰ ਥੋੜ੍ਹਾ ਜਿਹਾ ਬੱਚਿਆਂ ਦੇ ਮਨ ਵਿੱਚ ਆਪਣੇ ਮਾਤਾ ਪਿਤਾ ਦਾ ਡਰ ਹੋਣਾ ਵੀ ਜ਼ਰੂਰੀ ਆ। ਦੂਸਰੀ ਗਲਤੀ ਇਹ ਕੀਤੀ ਕਿ ਮੈਂ ਤੈਨੂੰ ਪੜ੍ਹਾਈ ਲਿਖਾਈ ਤਾਂ ਬਹੁਤ ਚੰਗੀ ਦਿੱਤੀ, ਪਰ ਨਾਲ ਨਾਲ ਚੰਗੇ ਸੰਸਕਾਰ ਦੇਣੇ ਭੁੱਲ ਗਿਆ, ਤੈਨੂੰ ਤੇਰੇ ਪਿਛੋਕੜ ਬਾਰੇ ਦੱਸਣਾ ਭੁੱਲ ਗਿਆ। ਪੜ੍ਹਾਈ ਲਿਖਾਈ ਦੇ ਨਾਲ ਆਪਣੇ ਬੱਚੇ ਨੂੰ ਚੰਗੇ ਸੰਸਕਾਰ, ਚੰਗੀਆਂ ਸਿੱਖਿਆਵਾਂ ਦੇਣੀਆਂ ਵੀ ਜ਼ਰੂਰੀ ਨੇ। ਵੱਡਿਆਂ ਦਾ ਸਤਿਕਾਰ ਕਰਨਾ, ਇਹ ਦੁਨੀਆਦਾਰੀ ਦੇ ਵਿੱਚ ਵਿਚਰਨ ਦਾ ਤਰੀਕਾ, ਬੋਲਬਾਣੀ, ਸਭ ਕੁਝ ਸਿਖਾਉਣਾ ਵੀ ਜ਼ਰੂਰੀ ਆ। ਅਤੇ ਤੀਸਰੀ ਸਭ ਤੋਂ ਵੱਡੀ ਗਲਤੀ ਜੋ ਮੈਂ ਕੀਤੀ, ਤੂੰ ਅੱਗੇ ਜਾ ਕੇ ਨਾ ਕਰੀ, ਉਹ ਗਲਤੀ ਇਹ ਕਿ ਜਿਉਂਦੇ ਜੀ ਆਪਣੇ ਹੱਥ ਕਦੇ ਨਹੀਂ ਵੱਢਣੇ ਚਾਹੀਦੇ। ਪੁੱਤਰ ਨੇ ਕਿਹਾ, ਪਿਤਾ ਜੀ ਇਸ ਦਾ ਕੀ ਮਤਲਬ ਹੋਇਆ? ਪਿਤਾ ਨੇ ਕਿਹਾ ਕਿ ਆਪਣੇ ਜਿਉਂਦੇ ਜੀ ਆਪਣੀ ਸਾਰੀ ਜਮ੍ਹਾਂ ਪੂੰਜੀ, ਆਪਣਾ ਸਭ ਕੁਝ ਆਪਣੇ ਪੁੱਤਰ ਦੇ ਜਾਂ ਆਪਣੀ ਧੀ ਦੇ ਨਾਮ ਲਾ ਦੇਣਾ, ਕੁਝ ਆਪਣੇ ਬੁਢਾਪੇ ਦੇ ਲਈ ਆਪਣੇ ਕੋਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਸਾਰੀ ਉਮਰ ਕਮਾਈ ਕੀਤੀ ਹੈ ਨਾ, ਤਾਂ ਆਪਣਾ ਬੁਢਾਪਾ ਸੁਰੱਖਿਅਤ ਕਰਨਾ ਵੀ ਹਰ ਬੰਦੇ ਦਾ ਫਰਜ਼ ਆ। ਕੁਝ ਕੁ ਜਮ੍ਹਾਂ ਪੂੰਜੀ ਆਪਣੇ ਲਈ ਜ਼ਰੂਰ ਰੱਖਣੀ ਚਾਹੀਦੀ ਹੈ, ਤਾਂ ਜੋ ਬੁਢਾਪਾ ਔਖਾ ਨਾ ਬੀਤੇ। ਸੋ ਇਸ ਤਰ੍ਹਾਂ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਇਹ ਤਿੰਨ ਗੱਲਾਂ ਸਮਝਾਈਆਂ। ਇਹ ਗੱਲਾਂ ਸਾਡੇ ਲਈ ਵੀ ਬਹੁਤ ਜ਼ਰੂਰੀ ਨੇ ਕਿ ਆਪਣੇ ਬੱਚਿਆਂ ਦੇ ਲਾਡ ਚਾਰੀ ਜਾਂ ਸਭ ਪੂਰੀਆਂ ਕਰਨੀਆਂ ਨੇ, ਪਰ ਨਾਲ ਨਾਲ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ, ਚੰਗੇ ਸੰਸਕਾਰ ਵੀ ਦੇਣੇ ਆ। ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ,
ਬੋਲ ਬਾਣੀ, ਬੋਲਣ ਚਾਲਣ ਦਾ ਢੰਗ, ਦੁਨੀਆਦਾਰੀ ਦੇ ਵਿੱਚ ਵਿਚਰਨਾ ਵੀ ਸਿਖਾਉਣਾ ਹੈ। ਬੱਚਿਆਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕਰਨਾ, ਕਿਉਂਕਿ ਕਈ ਵਾਰ ਇਹੀ ਛੋਟੀਆਂ ਛੋਟੀਆਂ ਗਲਤੀਆਂ ਅੱਗੇ ਚੱਲ ਕੇ ਵੱਡੀਆਂ ਗਲਤੀਆਂ ਦਾ ਰੂਪ ਧਾਰਨ ਕਰ ਲੈਂਦੇ ਨੇ। ਸੋ ਇਹ ਕਹਾਣੀ ਭਾਵੇਂ ਕਾਲਪਨਿਕ ਆ, ਪਰ ਇਸ ਦੀ ਸਿੱਖਿਆ ਬਹੁਤ ਵੱਡੀ ਆ। ਇਹ ਤਿੰਨ ਗੱਲਾਂ ਸਾਡੇ ਲਈ ਵੀ ਸਮਝਣੀਆਂ ਜ਼ਰੂਰੀ ਨੇ ਕਿ ਆਪਣੇ ਬੱਚਿਆਂ ਨੂੰ ਜਿੰਨਾ ਮਰਜ਼ੀ ਲਾਡ ਲੜਾਓ, ਰੀਝਾਂ ਚਾਅ ਪੂਰੇ ਕਰੋ, ਪਰ ਨਾਲ ਨਾਲ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ, ਚੰਗੇ ਸੰਸਕਾਰ ਵੀ ਦੇਣੇ ਆ। ਥੋੜ੍ਹਾ ਜਿਹਾ ਮਾਪਿਆਂ ਦਾ ਡਰ ਭੈ ਵੀ ਬੱਚਿਆਂ ਦੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਪਿਛੋਕੜ ਦੇ ਨਾਲ ਜੋੜ ਕੇ ਰੱਖਣਾ, ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣਾ, ਆਪਣੇ ਬੱਚਿਆਂ ਦੇ ਸਾਹਮਣੇ ਸਾਡਾ ਬੋਲਬਾਣੀ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ। ਹਰ ਕੰਮ ਆਪਣੇ ਬੱਚੇ ਦੇ ਸਾਹਮਣੇ ਸੋਚ ਸਮਝ ਕੇ ਕਰਨਾ ਚਾਹੀਦਾ, ਕਿਉਂਕਿ ਬੱਚੇ ਸਾਨੂੰ ਦੇਖ ਦੇਖ ਕੇ ਸਿੱਖਦੇ ਆ। ਜੋ ਕੰਮ ਅੱਜ ਆਪਾਂ ਕਰ ਰਹੇ ਹਾਂ ਨਾ, ਸਮਝੋ ਆਪਣੇ ਬੱਚਿਆਂ ਦੇ ਲਈ ਪੂਰਨੇ ਪਾ ਰਹੇ ਹਾਂ। ਅਤੇ ਨਾਲ ਨਾਲ ਕਰਮ ਬੀਜ ਇਹ ਵੀ ਚੇਤਾ ਰੱਖਣਾ ਹੈ। ਜੋ ਕਰਮ ਅੱਜ ਅਸੀਂ ਕਮਾ ਰਹੇ ਹਾਂ ਨਾ, ਇਹਨਾਂ ਦਾ ਫਲ ਸਾਨੂੰ ਭੋਗਣਾ ਪੈਣਾ ਹੈ। ਇਹ ਗੱਲ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਉਣੀ ਆ। ਅਤੇ ਜਿਉਂਦੇ ਜੀ ਕਦੇ ਵੀ ਆਪਣਾ ਸਭ ਕੁਝ ਕਿਸੇ ਦੇ ਵੀ ਨਾਮ ਨਹੀਂ ਲਾਉਣਾ ਚਾਹੀਦਾ। ਆਪਣੇ ਬੁਢਾਪੇ ਦੇ ਲਈ ਕੁਝ ਨਾ ਕੁਝ ਜਮ੍ਹਾਂ ਪੂੰਜੀ, ਕੁਝ ਨਾ ਕੁਝ ਆਪਣੇ ਕੋਲ ਜ਼ਰੂਰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸੋ ਜੇ ਇਹ ਕਹਾਣੀ, ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ, ਫਿਰ ਤੁਸੀਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮਾਫ਼ ਕਰ ਦੇਣਾ। ਇਹ ਜੋ ਵੀ ਕਾਲਪਨਿਕ ਕਹਾਣੀਆਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਨਾ, ਇਹਨਾਂ ਦੇ ਪਿੱਛੇ ਦਾ ਮਕਸਦ ਇਹੀ ਹੁੰਦਾ ਕਿ ਆਪਾਂ ਇਹਨਾਂ ਤੋਂ ਚੰਗੀ ਸਿੱਖਿਆ ਲੈ ਸਕੀਏ। ਪਹਿਲੇ ਸਮਿਆਂ ਦੇ ਵਿੱਚ ਬਜ਼ੁਰਗ ਇਹਨਾਂ ਕਹਾਣੀਆਂ ਦੇ ਰਾਹੀਂ ਹੀ ਆਪਣੇ ਬੱਚਿਆਂ ਨੂੰ ਬਹੁਤ ਵੱਡੀਆਂ ਵੱਡੀਆਂ ਮੱਤਾਂ ਦਿੰਦੇ ਸਨ।